वाहे गुरु साहिब जी। तन तन साहिब श्री गुरु ग्रंथ साहिब जी ओ महाराज। फिरत फिरत प्रव आया परया तो शरणाए। नानक की प्रभ बेनती नानक की प्रभ बेनती अपनी भक्ति लाए। राख लिखो एहो बारी राख लिखो एहो बारी राख लिखो एहो बारी राख लिखो एहो बारी I'm gonna make it.
ਸਤ ਸੰਗਤ ਜੀਓ ਆਓ ਸਭ ਮਾਈ ਭਾਈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਈਏ ਹੱਥ ਜੋੜ ਕੇ ਫਤਿਹ ਦਾ ਸਿਮਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਮਹਾਰਾਜ ਜੀ ਦੀ ਅਪਾਰ ਕਿਰਪਾ ਹੋਈ ਹੈ ਇਸ ਸਥਾਨ 'ਤੇ ਆਪਾਂ ਸਾਰਿਆਂ ਨੂੰ ਸਤ ਸੰਗਤ ਦੀਆਂ ਸਿਫ ਸਲਾਹ ਦੀਆਂ ਘੜੀਆਂ ਪ੍ਰਾਪਤ ਹੋ ਰਹੀਆਂ ਨੇ ਦਾਸ ਤੋਂ ਪਹਿਲਾਂ ਆਪ ਜੀਆਂ ਨੇ ਪਿਆਰ ਨਾਲ ਗੁਰਬਾਣੀ ਦੇ ਰਸਪਿੰਨੇ ਕੀਰਤਨ ਅਤੇ ਗੁਰਮਤਿ ਵਿਚਾਰਾਂ ਸਰਵਣ ਕੀਤੀਆਂ ਹਨ ਜੋ ਬਾਕੀ ਸਮਾਂ ਹੈ ਉਸਨੂੰ ਵੀ ਸਫਲ ਕਰਨ ਵਾਸਤੇ ਮਨਚਿਤ ਬਿਰਤੀਆਂ ਇਕਾਗਰ ਕਰਕੇ ਗੁਰ ਸ਼ਬਦ ਨਾਲ ਜੁੜੋ ਤਾਂ ਕਿ ਇਹ ਸਵਾਸ ਲੇਖੇ ਵਿੱਚ ਲੱਗ ਜਾ ਸਾਰਿਆਂ ਨੇ ਗੱਜ ਵੱਜ ਕੇ ਸ਼ਬਦ 'ਚ ਬੋਲਣ ਦੀ ਖੇਚਲ ਕਰਨੀ ਹੈ ਉਤਰੇ ਮਨ ਕੀ ਭੁੱਖ ਦੇ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ ਦੇ ਨਾਮ ਮੇਰਾ ਨਾਮ
ਸ਼ਬਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਪਿਛਲੇ ਦੀਵਾਨ 'ਤੇ ਇਹ ਵਿਚਾਰ ਹੋਈ ਕਿ ਸਾਨੂੰ ਕੀ ਮੰਗਣਾ ਚਾਹੀਦਾ ਹੈ। ਮਨੁੱਖ ਚਾਹੁੰਦਾ ਹੈ ਕਿ ਮੈਂ ਸਦਾ ਸੁਖੀ ਰਹਾਂ। ਤਿੰਨ ਲੋਕ 14 ਭਵਨ ਦੇ ਅੰਦਰ ਸਭ ਤੋਂ ਵੱਡਾ ਸੁੱਖ ਹੈ ਮਨ ਦੀ ਸ਼ਾਂਤੀ। ਔਰ ਮਨ ਸ਼ਾਂਤ ਹੁੰਦਾ ਹੈ ਨਾਮ ਨਾਲ, ਨਾਮ ਤੋਂ ਬਗੈਰ ਮਨ ਸ਼ਾਂਤ ਨਹੀਂ ਹੁੰਦਾ। ਦੁਨੀਆਂ ਦੇ ਧਨ ਪਦਾਰਥ ਜਿਉਂ ਜਿਉਂ ਮਿਲਦੇ ਨੇ ਤਿਉਂ ਤਿਉਂ ਤ੍ਰਿਸ਼ਨਾ ਦੀਆਂ ਲਾਟਾਂ ਹੋਰ ਉੱਚੀਆਂ ਹੋ ਜਾਂਦੀਆਂ ਨੇ। ਇਸ ਕਰਕੇ ਸਾਨੂੰ ਇਹੀ ਅਰਦਾਸ ਕਰਨੀ ਚਾਹੀਦੀ ਹੈ ਕਿ ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰੋ, ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਵਿਣ ਤੁਦ ਹੋਰ ਜੇ ਮੰਗਣਾ, ਸਿਰ ਦੁੱਖਾਂ ਕਹਿ ਦੁੱਖ ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਸੋ ਇਹ ਵਿਚਾਰ ਆਪਣੀ ਸ਼ੁਰੂ ਹੋਈ ਹੈ ਕਿ ਜਿੰਨਾ ਚਿਰ ਇਹ ਨਾਮ ਨੂੰ ਹਿਰਦੇ ਵਿੱਚ ਨਹੀਂ ਵਸਾਉਂਦਾ ਉਨਾ ਚਿਰ ਮਨ ਸ਼ਾਂਤ ਨਹੀਂ ਹੋਣਾ ਔਰ ਇਹਦਾ ਜਨਮ ਮਰਨ ਦਾ ਚੱਕਰ ਨਹੀਂ ਮੁੱਕਣਾ। ਇਸ ਕਰਕੇ ਜਦੋਂ ਅਸੀਂ ਨਾਮ ਦੀ ਦਾਤ ਸਤਿਗੁਰੂ ਤੋਂ ਮੰਗਾਂਗੇ ਫਿਰ ਸਾਨੂੰ ਹੋਰ ਕੋਈ ਇੱਛਾ ਨਹੀਂ ਰਹਿ ਜਾਏਗੀ। ਜਿੱਥੇ ਨਾਮ ਆ ਗਿਆ ਉੱਥੇ ਸਾਰੀਆਂ ਬਰਕਤਾਂ, ਸਾਰੇ ਸੁੱਖ ਆਪਣੇ ਆਪ ਹੀ ਆ ਜਾਂਦੇ ਹਨ। ਜਿਵੇਂ ਸੂਰਜ ਵੱਲ ਮੂੰਹ ਕੀਤਿਆਂ ਪਰਛਾਵਾਂ ਪਿੱਛੇ ਦੌੜਦਾ, ਇਸੇ ਤਰ੍ਹਾਂ ਨਾਮ ਨਾਲ ਜੁੜਿਆਂ ਸਾਰੇ ਸੁੱਖ ਆਪਣੇ ਆਪ ਪ੍ਰਾਪਤ ਹੋ ਜਾਂਦੇ ਨੇ। ਜਿੰਨਾ ਚਿਰ ਇਹ ਜੀਵ ਨਾਮ ਨਾਲ ਨਹੀਂ ਜੁੜਦਾ, ਧਨ ਪਦਾਰਥਾਂ ਵਿੱਚ ਖਚਤ ਰਹਿੰਦਾ ਹੈ, ਉਨਾ ਚਿਰ ਇਹ ਬੇਚੈਨ ਰਹਿੰਦਾ ਹੈ, ਅਸ਼ਾਂਤ ਰਹਿੰਦਾ ਹੈ। ਜਦ ਨਾਮ ਦੀ ਪ੍ਰਾਪਤੀ ਹੋ ਗਈ, ਭਾਵ ਹਿਰਦੇ ਵਿੱਚ ਨਾਮ ਦਾ ਨਿਵਾਸ ਹੋ ਗਿਆ, ਉਸ ਵੇਲੇ ਇਸ ਨੂੰ ਅਵਿਨਾਸ਼ੀ ਸੁੱਖ ਮਿਲ ਜਾਂਦਾ ਹੈ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮੇਂ ਇੱਕ ਗੁਰਸਿੱਖ ਹੋਏ ਨੇ ਜਿਨ੍ਹਾਂ ਦਾ ਨਾਂ ਇਤਿਹਾਸ ਵਿੱਚ ਗੰਗੂ ਸ਼ਾਹ ਕਰਕੇ ਆਉਂਦਾ ਹੈ। ਇਹ ਲਾਹੌਰ ਦੇ ਵਿੱਚ ਦੁਕਾਨ ਕਰਦਾ ਸੀ। ਪਿਛਲਾ ਇਸਦਾ ਜਿਹੜਾ ਨਗਰ ਸੀ, ਸ਼ਹਿਰ ਸੀ, ਉਹ ਗੜਸ਼ੰਕਰ ਸੀ। ਗੜਸ਼ੰਕਰ ਤੋਂ ਲਾਹੌਰ ਜਾ ਕੇ ਦੁਕਾਨ ਕੀਤੀ, ਬਿਜ਼ਨਸ ਆਦਿ ਕਰ ਰਿਹਾ ਔਰ ਇਸ ਦਾ ਬੜਾ ਸਤਿਕਾਰ ਹੈ। ਹਰ ਕੋਈ ਇਸ ਨੂੰ ਸ਼ਾਹ ਜੀ ਕਰਕੇ ਸਤਿਕਾਰ ਦਿੰਦਾ ਹੈ ਕਿਉਂਕਿ ਦੁਨੀਆਂ ਦੇ ਵਿੱਚ ਆਮ ਤੁਸੀਂ ਦੇਖੋ ਇਸ ਮਾਇਆ ਕੇ ਤੀਨ ਨਾਮ, ਪਰਸੂ ਪਰਸਾ ਪਰਸਰਾਮ। ਜੇ ਕਿਸੇ ਕੋਲ ਧਨ ਨਹੀਂ ਉਹਦਾ ਅੱਧਾ ਨਾਂ ਲੈ ਕੇ ਲੋਕ ਬੁਲਾਉਂਦੇ ਹੈ, ਉਹ ਇਹ ਕਰਕੇ ਬੁਲਾਉਂਦੇ ਹੈ। ਜੇ ਚਾਰ ਕੌਡੀਆਂ ਪਾਸ ਹਨ ਫਿਰ ਪਰਸੂ ਤੋਂ ਪਰਸਾ ਕਹਿਣ ਲੱਗ ਪੈਂਦੇ ਹੈ। ਜੇ ਵੱਡਾ ਸੇਠ ਹੋਵੇ ਫਿਰ ਪਰਸਰਾਮ ਜੀ, ਫਿਰ ਜੀ ਕਰਕੇ ਲੋਕ ਸਤਸੰਗ ਜੀ ਬੁਲਾਉਂਦੇ ਹਨ। ਇਹ ਵਰਤਾਰਾ ਸੰਸਾਰ ਦਾ ਹੈ। ਇਹ ਜਿਹੜਾ ਗੰਗੂ ਸੇਠ ਹੈ ਇਹਦੇ ਕੋਲ ਧਨ ਦੌਲਤ ਬਹੁਤ ਹੈ। ਸਮਾਂ ਆਇਆ ਇਸ ਨੂੰ ਬਿਜ਼ਨਸ ਦੇ ਵਿੱਚ ਘਾਟਾ ਪੈ ਗਿਆ ਔਰ ਘਾਟਾ ਵੀ ਇੰਨਾ ਪਿਆ ਕਿ ਜੇ ਸਵੇਰੇ ਛਕਣ ਨੂੰ ਹੈ ਪ੍ਰਸ਼ਾਦਾ ਤਾਂ ਸ਼ਾਮ ਨੂੰ ਨਹੀਂ, ਜੇ ਸ਼ਾਮ ਨੂੰ ਹੈ ਤਾਂ ਸਵੇਰ ਨੂੰ ਨਹੀਂ। ਉਹ ਜਿੰਨੇ ਇਸਦੇ ਸੱਜਣ ਮਿੱਤਰ, ਰਿਸ਼ਤੇਦਾਰ, ਸਾਥੀ ਸਨ ਸਾਰੇ ਇਸਦਾ ਸਾਥ ਛੱਡ ਗਏ। ਸਤਸੰਗ ਦੇ ਕੋਈ ਵੀ ਨੇੜੇ ਨਹੀਂ ਆਉਂਦਾ। ਹੈਰਾਨ ਹੋ ਗਿਆ ਜਿਹੜੇ ਪੈਂਦਾ ਵੱਲ ਆ ਕੇ ਬੈਠਦੇ ਸੀ, ਅੱਜ ਨੇੜੇ ਵੀ ਨਹੀਂ ਆਉਂਦੇ। ਬਲਕਿ ਜੇ ਗੰਗੂ ਸੇਠ ਕਿਸੇ ਦੇ ਘਰ ਜਾਂਦਾ ਦਰਵਾਜ਼ੇ ਬੰਦ ਕਰ ਲੈਂਦੇ। ਇਹ ਤਾਂ ਕੁਝ ਮੰਗਣ ਹੀ ਆਇਆ ਹੋਣਾ। ਉਸ ਵੇਲੇ ਹੈਰਾਨ ਹੁੰਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਫਰਮਾਨ ਕਰਦੇ ਨੇ, ਪ੍ਰੀਤਮ ਜਾਣ ਲਿਓ ਮਨ ਮਾਹੀ,
अपने सुख सो ही जग फांदेओ को काहू को नाही। सुख में आन बहुत मिल बैठ रहत चहुं दिस घेरै, बिपत परी सब ही संक्षारत को न आवत नेरै। कर की नार बहुत हित जास्यों सदा रहत संग लागी, जब ही हंस तजी एह काया प्रेत प्रेत कर पागी। एह बिदक व्यवहार बनयो है जास्यो ने लगायो, अंत बार नानक बिन हर जी को काम ना आयो। गुरु परमेश्वर तो बगैर कोई भी संगी साथी नहीं साथ संग। बाकी ता जदों भी समा बनया सब ने साथ छड जाने हैं। एवं गुरु बाबा जी सानू प्यार नाल समझाउंदे हैं। इस बंदे दा बेली नहीं जे कोई, इस बंदे दा बेली नहीं जे कोई। सारा जग ढूंढ देखे आ बंदे दा बेली नहीं जे कोई। सारा जग ढूंढ देखे आ me
बैठत रहत जहों दिस घेर चाश फेरे घेरा पाई रख दे हर वेले कोल आउणगे बैठणगे वल पा पा के मिलन आउणगे भी साडा दिल नहीं सी कीता खाली जाण नूं असीं इत्थे नेड़े आए सी 15-20 किलोमीटर दूर सोचा मिल के जाइए पर जदों विपता बनदी है उस वेले दूर दी गल छड्डो अपने जिहड़े ने उह वी बगाने हो जांदे है अपने भी बगाने हो जांदे अज ये जिहड़ा सेठ सी इहदे घर अत दी गरीबी आ गई कोई आसरा नजर नहीं आ रहा उस वेले विचार करदा किथे जावां किवें होएगा उस वेले इसने गुरु घर दी सोभा सुनी गुरसिखां पासों कि गुरु नानक साहिब सच्चे पातशाह गुरु अमरदास महाराज दे रूप विच गोंदवाल साहिब दी धरती ते संसार नूं तार रहे ने ओ गुरु गरीब नवाज हन नमाणियां दे मान ताणियां दे तान धिरियां दी धिर नियोटियां दी ओट न्यासरियां दे आसरे सतगुरु सच्चे पातशाह गुरु घर दी शोभा जिस वेले सुनी आस बजी लाहौर तो चलदा चलदा गोंदवाल साहिब नूं आ रहा मन विच गिनतियां करदा कि मेरी गरीबी दूर हो जाएगी पर ओ गुरमुखां दे पासों जो गुरु घर दी सोभा सुनी कि ऐसा दर है जिथों जो मंगीए मिलदा हर बख्शिश इस दर तो हुंदी है चाहे कोई लोक दे सुख मंगे चाहे कोई परलोक दे सुख मंगे चाहे कोई उसका मलाप मंगे ये ऐसा दर है जिथों हर बख्शिश प्राप्त हुंदी खैर चलदा चलदा गोंदवाल साहिब पहुंचदा इत्थे आके सच्चे पातशाह जी दे जिसले दर्शन कीते तन मन नूं ठंड पई है संगत विच बैठ गया कीर्तन सरवण कीता सतगुरु महाराज जी दे बचन सरवण कीते जब समा मिलिया बेनती कीती सच्चे पातशाह मेरे घर बहुत गरीबी है गरीबी का दुख दूर कर दियो मैं सुनिया कि इस दर तो हर बख्शिश होंदी है मैं आ शोभा सुनी है साचे साहबा क्या नहीं कर तेरा करता तेरा सब शह जिस दे सो पावे ਕਿਹੜੀ ਬਖਸ਼ਿਸ਼ ਹੈ ਜਿਹੜੀ ਆਪ ਜੀ ਦੇ ਦਰ ਤੇ ਨੇ ਆਪ ਜੀ ਮੇਰੇ ਤੇ ਕਿਰਪਾ ਕਰੋ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਪ੍ਰੇਮੀਆਂ ਦੇਖ ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ ਫਲ ਲੱਗਦਾ ਭਾਵਨਾ ਨੂੰ ਅੰਦਰ ਪ੍ਰੀਤ ਹੋਵੇ ਪ੍ਰਤੀਤ ਹੋਵੇ ਇੱਥੋਂ ਜੋ ਮੰਗੀਏ ਮਿਲਦਾ ਹੁਣ ਤੂੰ ਧਨ ਮੰਗਿਆ ਤੈਨੂੰ ਧਨ ਮਿਲ ਜਾਏਗਾ ਕਿਉਂਕਿ ਇਸ ਨੂੰ ਭੁੱਖ ਸੀ ਧਨ ਦੀ ਜਿਵੇਂ ਕਿਸੇ ਗਰੀਬ ਨੂੰ ਭੁੱਖ ਲੱਗੀ ਹੈ ਔਰ ਬਾਦਸ਼ਾਹ ਕਹਿਣ ਲੱਗਾ ਮੇਰੇ ਤੋਂ ਕੁਝ ਮੰਗ ਗਰੀਬ ਕਹਿਣ ਲੱਗਾ ਮੈਨੂੰ 2 ਰੋਟੀਆਂ ਦੇ ਦੇ ਬਾਦਸ਼ਾਹ ਹੱਸਿਆ ਮੁਸਕਰਾਇਆ 2 ਰੋਟੀਆਂ 2 ਪ੍ਰਸ਼ਾਦੇ ਤਾਂ ਤੈਨੂੰ ਹੋਰ ਕਿਤੋਂ ਹੀ ਮਿਲ ਜਾਣਗੇ ਮੈਂ ਬਾਦਸ਼ਾਹ ਹਾਂ ਰਾਜਾ ਹਾਂ ਤੈਨੂੰ ਦੇਖਣਾ ਚਾਹੀਦਾ ਹੈ ਕਿ ਮੈਂ ਰਾਜੇ ਕੋਲੋਂ ਬਾਦਸ਼ਾਹ ਕੋਲੋਂ ਕੀ ਮੰਗਣਾ ਹੈ ਉਸ ਵੇਲੇ ਉਹ ਜਿਹੜਾ ਗਰੀਬ ਸੀ ਕਹਿਣ ਲੱਗਾ ਅੱਛਾ ਫਿਰ ਇਉਂ ਕਰ
मैनू मैनू अपना राज दे दे। फिर बादशाह फिर मुस्कराया। पहला बादशाह ये कहिंदा कि मेरी औकात देख, मेरे कोलों दो रोटियां मंग रहे हैं बादशाह कोलों। हुण जद उसने राज मंगया, बादशाह कहिंदा हुण अपनी औकात देख भी संभाल लेंगा, है हुण अपने वल देख। जदों किसे तो कुछ मंगना है अपने वल भी देखना, दूजे वल भी देखना, दूजे वल देखना। राजां दा राजा गुरु परमेश्वर वाहिगुरु है प्यारिओ। इत्थों सानू की मंगना चाहिदा है? इत्थों नाम दी दात मंगनी चाहिदी, उहदा प्यार मंगना चाहिदा है। पर नाम दी भुख नहीं लगी। कहिंदा गरीबी दूर हो जावे धन मंगदा है। गुरु अमरदास महाराज जी ने पंज पैसे ले, कह लगे लै भाई दिल्ली चला जा, उत्थे जाके अपना आर्ट दा कम कर। पर एक गल याद रखी, दसवंद कढ़ी। जिवें हर गुरसिख नूं हुक्म है अपने श्वासां दा भी घट्टो घट दसवंद कढ़ना। आ जिहड़े वाहिगुरू ने सानूं श्वास दित्ते ने, घट्टो घट इन्ना ते आपां देना है ना। ते श्वासां दा दसवंद निकलदा है 24 घंटियां विचों 2.5 घंटे जे घट्टो घट कढ़ीए। इहदा मतलब ये भी नहीं समझना कि 2.5 घंटे तो बाद असीं चुगली निंदिया जो मर्जी करी जाइए सब माफ है। नहीं नहीं, जिसले 2.5 घंटे दसवंद कढ़ांगे, इस नाम जपांगे, फिर अपने आप ही नाम नाल जुड़े रहांगे। जिसले ये जीव माता दे उदर विच रचंत जी रचना मात गर्भ स्थापना, साथ साथ सिमरंत नानक महा अग्न ना बिनाशन, मुख तलै पैर उपरो संदोख हथड़ै थाए, नान सो धड़ी क्यों सारे उधरै जिस तैन आए। माता दे उधर विच पुट्ठा लटकिया होया है और इसका सराहना गंध मनते है। उत्थे राखी उस मालक ने कीती है क्योंकि श्वास श्वास उन्हूं याद कर रहे है। जठर अगना दे विच पुट्ठा लटकिया, जठर अगना दे विच एक दावा अग्न हुंदी है जिहड़ी सारी बनस्पति दे अंदर हुंदी है। एक बड़वा अग्न है वो समुंदर विच है। तीसरी अग जठर अगना है वो सारे शरीरां दे विच है। उस जठ अगना दे विच ए पुट्ठा लटकिया होया है। गंध मंत इसका सराहना है। उस वेले आ बेनतियां करदा, आपां भी सब ने यह बेनतियां कीतियां हन, अपनी सुत नूं उत्थे लै के चलिए प्यारिओ। इस संसार दे उत्ते जन्म तों पहलां की हालत है? माता दे उधर तों ही जन्म होया और आ अरदासां सब ने उत्थे कीतियां। जी मैं नाम जपांगा तेरा, इत्थों मैनू कंड मालका, नाम जपांगा तेरा, इत्थों मैनू कंड मालका, जपा।
ਅਰਦਾਸਾਂ ਕੀਤੀਆਂ ਨੇ ਜੀ। ਤਾਂ ਹੀ ਤਾਂ ਮਾਰੇ ਕਹਿੰਦੇ ਕਾਹੇ ਭਈਆ ਫਿਰ ਤੋਂ ਫੁੱਲਿਆ ਫੁੱਲਿਆ। ਜਬ ਦਸ ਮਾਸ ਉਰਦਮੁਖ ਰਹਿਤਾ ਸੋ ਦਿਨ ਕੈਸੇ ਭੁੱਲਿਆ। ਜਦੋਂ ਦਸ ਮਹੀਨੇ ਮਾਤਾ ਦੇ ਉਦਰ 'ਚ ਪੁੱਠਾ ਲਟਕਿਆ ਰਿਹਾ, ਉਹ ਦਿਨ ਤੈਨੂੰ ਕਿਵੇਂ ਭੁੱਲ ਗਏ? ਜਠ ਅਗਨਾਂ ਵਿੱਚ ਤੂੰ ਸਵਾਸ ਸਵਾਸ ਯਾਦ ਕਰਦਾ ਸੀ, ਇੱਕ ਵੀ ਸਵਾਸ ਤੂੰ ਉਹਨੂੰ ਭੁੱਲ ਜਾਣੋ ਤੂੰ ਉੱਥੇ ਹੀ ਖਤਮ ਹੋ ਜਾਣਾ ਸੀ। ਉਸ ਵੇਲੇ ਜੋ ਆਕਾਸ਼ ਬਾਣੀ ਹੋਈ, ਮਹਾਂਪੁਰਸ਼ ਦੱਸਿਆ ਕਰਦੇ ਕਿਸ ਜੀਵ ਨੂੰ ਕਿਹਾ ਕੋਈ ਗਰੰਟੀ ਦੇ, ਕੋਈ ਵੀ ਤੱਤ ਗਰੰਟੀ ਨਹੀਂ ਇਹਦੀ ਦਿੰਦਾ ਕਿ ਇਹ ਤਾਂ ਹਰ ਵੇਲੇ ਮੁੱਕਰ ਜਾਂਦਾ ਸੰਸਾਰ 'ਤੇ ਜਾ ਕੇ। ਅਖੀਰ ਪਾਣੀ ਨੇ ਕਿਹਾ ਮੈਂ ਪੱਕੀ ਗਰੰਟੀ ਨਹੀਂ ਲੰਗੜੀ ਗਰੰਟੀ ਦਿੰਦਾ, ਜਦ ਇਹ ਮੈਨੂੰ ਆਪਣੇ ਉੱਤੇ ਪਾਇਆ ਕਰੇਗਾ ਮੈਂ ਇਹਨੂੰ ਯਾਦ ਕਰਾ ਦਿਆਂਗਾ, ਇਹਦੇ ਮੁੱਖ 'ਚੋਂ ਸਤਨਾਮ ਵਾਹਿਗੁਰੂ ਰਾਮ ਹਰੀ ਅੱਲਾ ਕਢਾ ਦਿਆ ਕਰਾਂਗਾ। ਖੈਰ ਇਹ ਹੈ ਕਿ ਘੱਟੋ ਘੱਟ ਇਹ 2.5 ਘੰਟੇ ਜ਼ਰੂਰ ਦਸਵੰਦ ਕੱਢੇ। ਕਹਿੰਦਾ ਮੈਂ ਤਾਂ ਸਵਾਸ ਸਵਾਸ ਜਪਾਂਗਾ, ਮੈਨੂੰ ਇੱਥੋਂ ਕੱਢੋ। ਕਹਿੰਦੇ ਤੂੰ ਭੁੱਲ ਜਾਣਾ ਪਰ ਦੇਖ ਘੱਟੋ ਘੱਟ 2.5 ਘੰਟੇ ਦਸਵੰਦ ਜ਼ਰੂਰ ਸਵਾਸਾਂ ਦਾ ਕੱਢਣਾ ਹੈ, ਇਸ ਤੋਂ ਉੱਪਰ ਹੈ ਕਮਾਈ। ਜੇ ਅਸੀਂ 24 ਘੰਟਿਆਂ ਵਿੱਚ 2.5 ਘੰਟੇ ਨਹੀਂ ਕੱਢਦੇ, ਐਂ ਸਮਝੋ ਸਾਡੇ ਉੱਤੇ ਕਰਜ਼ਾ ਚੜ੍ਹਦਾ ਜਾਂਦਾ। ਫਿਰ 2.5 ਘੰਟੇ ਤਾਂ ਕੀਤੇ ਹੋਏ ਘੱਟੋ ਘੱਟ ਦਸਵੰਦ ਸਵਾਸਾਂ ਦਾ, ਇਸ ਤੋਂ ਉੱਪਰ ਭਾਈ ਕਮਾਈ ਹੈ, ਇਸ ਤੋਂ ਉੱਪਰ ਕਮਾਈ ਹੈ। ਜਿੱਥੇ ਅਸੀਂ ਸਭ ਤੋਂ ਪਹਿਲਾਂ ਸਵਾਸਾਂ ਦਾ ਦਸਵੰਦ ਕੱਢਣਾ, ਫਿਰ ਗੁਰਸਿੱਖ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਦ ਕੱਢਦਾ, ਜੋ ਉਸਨੂੰ ਪ੍ਰੋਫਿਟ ਹੁੰਦੀ ਹੈ ਉਹਦੇ 'ਚ ਦਸਵੰਦ ਕੱਢਦਾ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਐ ਸੇਠ ਗੁਰੂ ਖਾਤਾ ਰੱਖੀ, ਗੁਰੂ ਨੂੰ ਭੁੱਲੀ ਨਾ। ਕਹਿੰਦਾ ਸੱਚੇ ਪਾਤਸ਼ਾਹ ਮੇਰੀਆਂ ਕੁਲਾਂ ਵੀ ਨਹੀਂ ਭੁੱਲ ਸਕਦੀਆਂ, ਜਿਹੜੇ ਦਿਨ ਮੈਂ ਦੇਖੇ ਨੇ ਮੈਂ ਭੁੱਲ ਸਕਣਾ? ਮਰ ਕਹਿੰਦੇ ਵੱਡੇ ਵੱਡੇ ਭੁੱਲ ਜਾਂਦੇ। ਕਹਿੰਦੇ ਮਹਾਰਾਜ ਮੈਂ ਨਹੀਂ ਭੁੱਲਦਾ, ਮੇਰੇ 'ਤੇ ਕਿਰਪਾ ਕਰ। ਹੁਣ ਨਾਮ ਨਹੀਂ ਮੰਗਿਆ, ਮੰਗਿਆ ਕੀ ਹੈ? ਧਨ। ਮਹਾਰਾਜ ਕਹਿੰਦੇ ਚੰਗਾ ਭਾਈ, ਧਨ ਮਿਲ ਜਾਏਗਾ, ਇੱਥੇ ਤਾਂ ਜੋ ਮੰਗੀਏ ਮਿਲਦਾ ਨਾ। ਜੋ ਮੰਗੇ ਠਾਕੁਰ ਆਪਣੇ 'ਤੇ ਸੋਈ ਸੋਈ ਦੇਵ ਹੈ, ਨਾਨਕ ਦਾਸ ਮੁਖ 'ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੇ। ਚੱਲਦਾ ਚੱਲਦਾ ਦਿੱਲੀ ਪਹੁੰਚ ਗਿਆ, ਉੱਥੇ ਜਾ ਕੇ ਇਸਨੇ ਹੁੰਡੀ ਭਰਨ ਦਾ ਕੰਮ ਸ਼ੁਰੂ ਕੀਤਾ। ਹੁੰਡੀ ਭਰਨਾ ਕਹਿੰਦੇ ਹੈ ਜਿਵੇਂ ਅੱਜ ਕੱਲ੍ਹ ਬੈਂਕਾਂ ਵਿੱਚ ਅਸੀਂ ਪੈਸਾ ਦਿੰਦੇ ਹਾਂ, ਡਰਾਫਟ ਬਣ ਜਾਂਦਾ, ਉਹ ਕਾਗਜ਼ ਉਹ ਡਰਾਫਟ ਦੂਰ ਜਾ ਕੇ ਬੈਂਕ 'ਚ ਦੇ ਕੇ ਅਸੀਂ ਆਪਣੇ ਪੈਸੇ ਲੈ ਲੈਂਦੇ ਹਾਂ। ਉਹਨਾਂ ਸਮਿਆਂ ਦੇ ਅੰਦਰ ਬੈਂਕਾਂ ਨਹੀਂ ਸੀ ਹੁੰਦੀਆਂ, ਵੱਡੇ ਵੱਡੇ ਸੇਠ ਆੜ੍ਹਤੀ ਹੁੰਦੇ, ਉਹਨਾਂ ਕੋਲ ਮੋਹਰਾਂ